ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਡੇ ਲਈ ਬਹੁਤ ਹੀ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਹਾਂ ਜੋ ਕਿ ਪੋਸਟ ਆਫਿਸ ਦੇ ਵਿੱਚ ਨਿਕਲ ਕੇ ਆ ਚੁੱਕੀ ਹੈ ਇਹ ਭਰਤੀ ਪੋਸਟ ਆਫਿਸ ਦੀ ਜਿਹੜੀ ਹੈ ਜੀ 10ਵੀਂ 12ਵੀਂ ਦੇ ਗ੍ਰੈਜੂਏਸ਼ਨ ਵਾਲੇ ਕੈਂਡੀਡੇਟ ਲਈ ਆਊਟ ਹੋਈ ਹੈ ਜੀ ਮੈਂ ਤੁਹਾਡੇ ਲਈ ਹਰ ਵਾਰ ਦੀ ਤਰ੍ਹਾਂ ਨਵੇਂ-ਨਵੇਂ ਵੈਕੈਂਸੀਜ਼ ਲੈ ਕੇ ਆਂਦਾ ਹੀ ਰਵਾਂਗਾ ਜਿੰਨੀਆਂ ਵੀ ਵੈਕੈਂਸੀਜ਼ ਤੁਸੀਂ ਦੇਖਦੇ ਹੋ ਪੰਜਾਬ ਦੇ ਵਿੱਚ ਆਊਟ ਹੁੰਦੀਆਂ ਨੇ ਮੈਂ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਾਉਣਾ ਹਾਂ ਸੋ ਤੁਸੀਂ ਸਾਡੇ ਨਾਲ ਜੁੜੇ ਰਹੋਨੇ ਮੈਂ ਤੁਹਾਡੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਔਰ ਨਾਲ ਦੀ ਨਾਲ ਬੈਲ ਆਈਕਨ ਵੀ ਦਬਾ ਲੈਣਾ ਤਾਂ ਕਿ ਹਰ ਇੱਕ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਓ ਵੈਕੈਂਸੀਸ ਜਿਹੜੀਆਂ ਨੇ ਸਾਡੀ ਵੈਬਸਾਈਟ ਤੋਂ ਜਾ ਕੇ ਵੀ ਤੁਸੀਂ ਚੈੱਕ ਕਰ ਸਕਦੇ ਹੋ ਜਿਹਦੇ ਲਈ ਸਿੰਪਲੀ ਤੁਸੀਂ ਕੀ ਕਰਨਾ ਹੈ ਜੀ Google ਜਾਣਾ ਹੈ ਟਾਈਪ ਕਰਨਾ ਹੈ meetacademy.xyz ਫਰਸਟ ਨੰਬਰ ਤੁਹਾਨੂੰ ਸੜੀ ਵੈਬਸਾਈਟ DDG ਮਿਲ ਜਾਏਗੀ ਉੱਥੋਂ ਤੁਸੀ ਸਾਰੇ ਜੌਬ ਰਿਲੇਟਡ ਅਪਡੇਟ ਜਿਹੜੇ ਨੇ ਲੈ ਸਕਦੇ ਹੋ ਤੇ ਚੈੱਕ ਕਰਕੇ ਉਹਦੇ ਲਈ ਅਪਲਾਈ ਵੀ ਜਿਹੜਾ ਉਹ ਕਰ ਸਕਦੇ ਹੋ ਜੀ ਮੈਂ ਤੁਹਾਡੇ ਲਈ ਹਰ ਵਾਰ ਦੀ ਤਰ੍ਹਾਂ ਨਵੇਂ-ਨਵੇਂ ਅਪਡੇਟ ਲੈ ਕੇ ਆਂਦਾ ਹੀ ਰਵਾਂਗਾ ਤੇ ਚਲੋ ਹੁਣ ਮੈਂ ਲੈ ਚਲਦਾ ਤੁਹਾਨੂੰ ਅਪਡੇਟ ਦੇ ਉੱਪਰ ਤੇ ਉੱਥੇ ਜਾ ਕੇ ਬਾਕੀ ਇਨਫੋਰਮੇਸ਼ਨ ਤੁਹਾਨੂੰ ਨਾਲ ਸ਼ੇਅਰ ਕਰਦਾ ਜੀ ਇਸ ਦੇ ਵਿੱਚ ਇੰਡੀਆ ਪੋਸਟ ਆਫਿਸ ਵੱਲੋਂ ਇਹ ਰਿਕਰੂਟਮੈਂਟ ਜਿਹੜੀ ਜੀ ਆਊਟ ਕੀਤੀ ਗਈ ਹੈ ਐਲੀਜੀਬਲ ਕੈਂਡੀਡੇਟ ਨੇ ਉਹ ਐਲੀਜੀਬਲ ਨੇ ਅਪਲਾਈ ਕਰ ਪਾਣਗੇ ਸੋ ਇਹਦੇ ਲਈ ਲਾਸਟ ਡੇਟ ਜਿਹੜੀ ਹੈ ਜੀ 9 ਮਈ 20 ਮੇਲ ਅਤੇ ਫੀਮੇਲ ਦੋਨੋਂ ਹੀ ਕੈਂਡੀਡੇਟ ਇਸ ਲਈ ਐਲੀਜੀਬਲ ਨੇ ਤੇ ਅਪਲਾਈ ਜਿਹੜਾ ਹੈ ਉਹ ਕਰ ਪਾਣਗੇ ਜੀ ਇਸ ਦੇ ਵਿੱਚ ਡਿਪਾਰਟਮੈਂਟ ਦੀ ਗੱਲ ਕਰਾਂ ਤਾਂ ਇਸ ਦੇ ਵਿੱਚ ਇੰਡੀਆ ਪੋਸਟ ਜਿਹੜੀ ਹੈ ਜੀ ਉਹ ਡਿਪਾਰਟਮੈਂਟ ਹੈ ਜਿਸ ਦੇ ਵਿੱਚ ਤੁਹਾਨੂੰ ਸਕਿਲਡ ਜਿਹੜੀ ਹੈ ਜੀ ਵੈਕੈਂਸੀਸ ਜੋ ਕਿ ਸਟਾਫ ਕਾਰ ਡਰਾਈਵਰ ਦੀਆਂ ਹੈਗੀਆਂ ਨੇ ਵੈਕੈਂਸੀਸ ਉਹ ਆਊਟ ਕੀਤੀਆਂ ਗਈਆਂ ਨੇ ਸੋ ਇਸ ਦੇ ਲਈ 올 ਇੰਡੀਆ ਦੇ ਕੈਂਡੀਡੇਟ ਜਿਹੜੇ ਨੇ ਐਲੀਜੀਬਲ ਨੇ ਤੇ ਅਪਲਾਈ ਜਿਹੜਾ ਉਹ ਕਰ ਸਕਦੇ ਨੇ ਜੀ ਇਸ ਦੇ ਲਈ ਅਗਰ ਮੈਂ ਗੱਲ ਕਰਾਂ ਐਪਲੀਕੇਸ਼ਨ ਫੀ ਦੀ ਕਿਸੇ ਤਰ੍ਹਾਂ ਦੀ ਕੋਈ ਐਪਲੀਕੇਸ਼ਨ ਫੀ ਜਿਹੜੀ ਹੈ ਜੀ ਤੁਸੀਂ ਇਹਦੇ ਲਈ ਪੇ ਨਹੀਂ ਕਰਨੀ ਹੈ ਇਸ ਦੇ ਵਿੱਚ ਜਿਹੜੀ ਸਟਾਫ ਕ 10th ਕੈਂਡੀਡੇਟ 10th ਪਾਸ ਕੈਂਡੀਡੇਟ ਨੇ ਉਹ एलिਜੀਬਲ ਨੇ ਅਪਲਾਈ ਕਰ ਸਕਦੇ ਨੇ ਜਿਨ੍ਹਾਂ ਨੂੰ ਲੋਕਲ ਲੈਂਗੁਏਜ ਦੀ ਨੌਲੇਜ ਹੈਗੀ ਹੈ ਹਿੰਦੀ ਤੇ ਕੈਂਡੀਡੇਟ ਨੇ ਉਹ ਅਗਰ ਉਹਨੇ 10th ਸਟੈਂਡਰਡ ਤੱਕ ਹਿੰਦੀ ਲੈਂਗੁਏਜ ਦਾ ਪਾਸ ਆਊਟ ਕੀਤਾ ਹੈ ਤਾਂ ਉਹ ਇਹਦੇ ਲਈ एलिਜੀਬਲ ਨੇ ਅਪਲਾਈ ਕਰ ਸਕਦੇ ਨੇ ਠੀਕ ਹੈ ਜੀ ਕੈਂਡੀਡੇਟ ਹਾਇਰ ਐਜੂਕੇਸ਼ਨ ਵਾਲੇ ਨੇ ਉਹ ਵੀ एलिਜੀਬਲ ਨੇ ਤੇ ਅਪਲਾਈ ਇਹਦੇ ਲਈ ਕਰ ਸਕਦੇ ਨੇ ਅਪਲਾਈ ਕਰਨ ਦੇ ਲਈ ਇਹ ਤੁਹਾਨੂੰ ਲਿੰਕ ਜਿਹੜਾ ਐਪਲੀਕੇਸ਼ਨ ਫਾਰਮ ਹੈ ਉਹ ਤੁਹਾਨੂੰ ਇੱਥੋਂ ਮਿਲ ਜਾਵੇਗਾ ਤੁਸੀਂ ਇੱਥੋਂ ਜਿਹੜਾ ਜੀ ਉਹ ਡਾਊਨਲੋਡ ਕਰ ਸਕਦੇ ਹੋ ਤੁਸੀਂ ਦੇਖ ਹੀ ਪਾ ਰਹੇ ਹੋ ਇੱਥੇ ਲਿੰਕ ਹੈ ਇੱਥੋਂ ਤੁਸੀਂ ਐਪਲੀਕੇਸ਼ਨ ਫਾਰਮ ਤੇ ਨੋਟੀਫਿਕੇਸ਼ਨ ਦੋਨੇ ਡਾਊਨਲੋਡ ਕਰ ਪਾਉਗੇ ਤੇ ਚੈੱਕ ਕਰਕੇ ਤੁਸੀਂ ਇਹਦੇ ਲਈ ਅਪਲਾਈ ਜਿਹੜਾ ਉਹ ਕਰ ਸਕਦੇ ਹੋ ਸੋ ਇਹ ਵੈਕੈਂਸੀਸ ਜਿਹੜੀਆਂ ਨੇ ਜੀ ਆਊਟ ਕੀਤੀਆਂ ਗਈਆਂ ਨੇ ਸੋ ਤੁਸੀਂ ਇਹਦੇ ਲਈ ਜ਼ਰੂਰ ਅਪਲਾਈ ਕਰ ਲੈਣਾ ਮੈਂ ਤੌਰ ਤੱਕ ਸਾਰੇ ਹੀ ਨੋਟੀਫਿਕੇਸ਼ਨ ਜਿਹੜੇ ਨੇ ਉਹ ਪਹੁੰਚਾਉਂਦਾ ਹੀ ਰਵਾਂਗਾ ਤੇ ਇਹ ਨੋਟੀਫਿਕੇਸ਼ਨ ਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਚ ਮੈਂ ਦੇ ਦਿੱਤਾ ਹੈ ਤੁਸੀਂ ਜ਼ਰੂਰ ਇਹਦੇ ਨਾਲ ਚੈ ਆ ਵੀ ਦਿਨਾ ਜਿਹੜਾ ਨੋਟੀਫਿਕੇਸ਼ਨ ਹੈ ਜੀ ਇਹ ਤੁਸੀਂ ਫਾਰਮ ਦੇਖ ਪਾ ਰਹੇ ਹੋ ਜੀ ਇਹ ਨੋਟੀਫਿਕੇਸ਼ਨ ਦਾ ਫਾਰਮ ਹੈ ਜਿਹੜਾ ਤੁਸੀਂ ਦੇਖ ਪਾ ਰਹੇ ਹੋ ਨੂੰ ਭਰ ਕੇ ਤੁਸੀਂ ਇਹਨਾਂ ਦਿੱਤੇ ਗਏ ਐਡਰੈਸ ਦੇ ਉੱਪਰ ਸ਼ੇਅਰ ਕਰਨਾ ਹੋਏਗਾ ਸੋ ਇਹ ਸੀ ਅੱਜ ਦਾ ਨੋਟੀਫਿਕੇਸ਼ਨ ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ